ਉਹ ਜਿਹੜੇ ਸਾਡੇ ਸਿੱਖ ਭਰਾ ਸੀ ਉਹ ਪੁੱਛਦੇ ਵੀ ਤੁਸੀਂ ਮੈਂ ਪਾਕਿਸਤਾਨ ਨੂੰ ਆਏ ਜੀ ਤੇ ਤੁਹਾਡੇ ਵਿੱਚ ਕੋਈ ਜੱਟ ਵੀ ਹੈ ਮੈਂ ਹਾਂਜੀ ਮੈਂ ਜੱਟ ਹਾਂ ਜੀ ਤੇ ਉਹਨਾਂ ਨੇ ਮੇਰੇ ਨਾਲ ਬੜਾ ਪਿਆਰ ਨਾਲ ਜੱਫੀ ਪਾ ਕੇ ਮਿਲੇ ਜੀ ਤੇ ਉਹਨਾਂ ਦੀਆਂ ਅੱਖਾਂ 'ਚ ਵੀ ਅੱਥਰੂ ਆ ਗਏ ਤੇ ਮੇਰੀਆਂ ਅੱਖਾਂ 'ਚ ਵੀ ਅੱਥਰੂ ਆ ਗਏ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਘਰੋਂ ਬਣਾ ਕੇ ਟੁਰਦੇ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ ਮੈਂ ਇਸ ਟਾਈਮ ਜੀ ਚੱਕ ਨੰਬਰ 463 ਗਾਫਬੇ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਬਾਦ ਵਿੱਚ ਬਾਬਾ ਜੀ ਮੁਹੰਮਦ ਮੂਸਾ ਸਾਹਿਬ ਕੋਲ ਹਾਜ਼ਰ ਹੋਇਆ ਬਾਬਾ ਜੀ ਨੇ ਮਲੇਸ਼ੀਆ ਦੇ ਵਿੱਚ ਦੌੜ 'ਚ ਹਿੱਸਾ ਲਿਆ ਬਲਕਿ ਇੱਕ ਤੋਂ ਜ਼ਿਆਦਾ ਦੌੜਾਂ 'ਚ ਹਿੱਸਾ ਲਿਆ ਜਿਹਦੇ ਵਿੱਚ ਕਾਮਯਾਬੀ ਹਾਸਲ ਕੀਤੀ ਮੈਡਲ ਇਹਨਾਂ ਨੂੰ ਮਿਲੇ ਇਹ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਵਾਨਾਂ ਕੋਲੋਂ ਤਾਂ ਮੈਡਲ ਲੈ ਨਹੀਂ ਜਾ ਰਹੇ ਅਤੇ ਤੁਸੀਂ ਬੁਢਾਪੇ 'ਚ ਮੈਡਲ ਵਾਲੀ ਲਾਈਨ 'ਚ ਤੁਰ ਪਏ ਹਾਂ ਅਤੇ ਕਿਵੇਂ ਸਫ਼ਰ ਹੋਇਆ ਆਗਾਜ਼ ਕਿਵੇਂ ਹੋਇਆ ਕੀ ਗੱਲਬਾਤ ਆ ਕਿਵੇਂ ਇੰਨੀ ਉਮਰ ਦੇ ਵਿੱਚ ਆਪਣੀ ਖੁਰਾਕ ਦਾ ਕਿਵੇਂ ਖਿਆਲ ਰੱਖਦੇ ਆ ਫਿਟਨੈਸ ਕਿਵੇਂ ਆ ਹਰ ਬੰਦਾ ਤਾਂ ਅੱਜ ਕੱਲ੍ਹ ਜਵਾਨੀ 'ਚ ਬੁਢਾਪਾ ਆਇਆ ਪਿਆ ਬਾਬਾ ਜੀ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਵਰਹਮਤੁਲਾਹ ਕੀ ਹਾਲ ਆ ਜੀ ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ ਠੀਕ ਹੋ ਬਹੁਤ ਬਹੁਤ ਮੁਬਾਰਕਬਾਦ ਜੀ ਪਹਿਲਾਂ ਤਾਂ ਤੁਹਾਨੂੰ ਮਲੇਸ਼ੀਆ ਦੇ ਵਿੱਚੋਂ ਤੁਸੀਂ ਦੌੜ ਜਿੱਤੀ ਆ ਅਤੇ ਕੀ ਸੀ ਇਹ ਸਾਨੂੰ ਦੱਸੋ ਪਹਿਲਾਂ ਤਾਂ ਕਿਹਨੇ ਕਰਾਈ ਸੀ ਦੌੜ ਕਿੱਥੋਂ ਕਿੱਥੋਂ ਖਿਲਾੜੀ ਆਏ ਸੀ ਅਤੇ ਕਿਵੇਂ ਕਿਵੇਂ ਗਏ ਤੁਸੀਂ ਖੈਰ ਮੁਬਾਰਕ ਜੀ ਤੁਹਾਨੂੰ ਵੀ ਮੁਬਾਰਕ ਜੀ ਪੂਰੇ ਪਾਕਿਸਤਾਨੀਆਂ ਨੂੰ ਮੁਬਾਰਕ ਜੀ ਉਹਨਾਂ ਵਾਸਤੇ ਵੀ ਖੁਸ਼ੀ ਦਾ ਬਾਇਸ ਬਣਿਆ ਮੈਂ ਜੀ ਅਤੇ ਅੱਲਾਹ ਤਾਲਾ ਸਾਰਿਆਂ ਨੂੰ ਮੈਂ ਜਿਹੜਾ ਉਹ ਹਿੰਮਤ ਦੇ ਮੇਰੇ ਤਰ੍ਹਾਂ ਜੀ ਅਸੀਂ ਜੀ ਇਸ ਸਾਲ ਮਲੇਸ਼ੀਆ 36ਵੀਂ ਮਲੇਸ਼ੀਆ ਇੰਟਰਨੈਸ਼ਨਲ ਅਥਲੈਟਿਕ ਚੈਂਪੀਅਨਸ਼ਿਪ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਓਪਨ ਮੈਂ ਵੀ ਉਹਦੇ ਵਿੱਚ ਹਿੱਸਾ ਲਿਆ 12 ਔਰ 13 ਤਰੀਕ ਤੋਂ ਅਕਤੂਬਰ ਦੀ ਤੋਂ ਸ਼ੁਰੂ ਹੋਈ ਸੀ ਅਤੇ ਅਸੀਂ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਜੀ ਅਤੇ ਉੱਥੇ ਅੱਲਾਹ ਤਾਲਾ ਨੇ ਕਾਮਯਾਬੀ ਨਸੀਬ ਕੀਤੀ ਜੀ 3 ਦੌੜਾਂ ਦੇ ਵਿੱਚ ਮੈਂ ਹਿੱਸਾ ਲਿਆ ਜੀ ਅਤੇ 3 ਮੈਂ 2 ਮੇਰੀਆਂ ਫਸਟ ਹੋਈਆਂ ਜੀ 1 ਸੈਕਿੰਡ ਹੋਈ ਵਾਹ ਜੀ ਵਾਹ ਅਤੇ ਮੈਂ ਇਸੇ ਹਵਾਲੇ ਨਾਲ ਗੱਲ ਕਰਨਾ ਜਾਂ ਅੱਲਾਹ ਤਾਲਾ ਦਾ ਸ਼ੁਕਰੀਆ ਅਦਾ ਕਰਨਾ ਜੀ ਮੈਂ ਉਹਨੇ ਮੈਨੂੰ ਕਾਮਯਾਬੀ ਦਿੱਤੀ ਔਰ ਮੈਂ ਆਪਣੀ ਕੌਮ ਨੂੰ ਵੀ ਇਹ ਅਪੀਲ ਕਰਾਂਗਾ ਕਿ ਅੱਲਾਹ ਤਾਲਾ ਦਾ ਸ਼ੁਕਰਗੁਜ਼ਾਰ ਸ਼ੁਕਰੀਆ ਕਰਨ ਔਰ ਮਜ਼ੀਦ ਦੁਆ ਕਰਨ ਕਿ ਸਾਨੂੰ ਸਾਰਿਆਂ ਨੂੰ ਕਾਮਯਾਬੀਆਂ ਵੀ ਦੇ ਮੈਂ ਉਹਨਾਂ ਭਰਾਵਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਮੈਨੂੰ ਜਦੋਂ ਪਿਛਲੇ ਦਫ਼ਾ ਮੈਂ ਦੁਬਈ ਗਿਆ ਉਦੋਂ ਸਪਾਂਸਰ ਕੀਤਾ ਇਸ ਦਫ਼ਾ ਮੈਂ ਮਲੇਸ਼ੀਆ ਗਿਆ ਉਹਨਾਂ ਨੇ ਸਪਾਂਸਰ ਕੀਤਾ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਮਸ਼ਕੂਰ ਹਾਂ ਅਹਿਸਾਨਮੰਦ ਹਾਂ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਇਸ ਦੇ ਨਾਲ ਨਾਲ ਮੈਂ ਜਿਹੜੇ ਭੈਣ ਭਰਾ ਮੇਰੇ ਪਿੰਡ ਦੇ ਜਿਹੜੇ ਵੀ ਮੈਨੂੰ ਜਾਣਦੇ ਨੇ ਮੇਰੀਆਂ ਮਾਵਾਂ ਭੈਣਾਂ ਖਾਸ ਕਰ ਐਸ ਸਕੂਲ ਦੇ ਵਿੱਚ ਮੈਂ ਪ੍ਰੈਸਰ ਕਰਦਾ ਰਿਹਾ ਔਰ ਮੈਨੂੰ ਉਹ ਦੇਖਦੇ ਹੀ ਔਰ ਉਹਨਾਂ ਨੇ ਮੇਰੇ ਵਾਸਤੇ ਬਹੁਤ ਜ਼ਿਆਦਾ ਦੁਆਵਾਂ ਕੀਤੀਆਂ ਕਿ ਅੱਲਾਹ ਤਾਲਾ ਇਹਨੂੰ ਕਾਮਯਾਬ ਕਰੇ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਆਪਣੀਆਂ ਮਾਵਾਂ ਭੈਣਾਂ ਦਾ ਖਾਸ ਕਰ ਆਪਣੇ ਪਿੰਡ ਵਾਲਿਆਂ ਦਾ ਔਰ ਆਪਣੇ ਮਾਪੇ ਅਹਿਲੇ ਇਲਾਕਾ ਦਾ ਅਤੇ ਉਹਨਾਂ ਨੇ ਮੇਰੇ ਵਾਸਤੇ ਮਾਪੇ ਹਰ ਕਿਸਮ ਦੀ ਮਾਪੇ ਸਹੂਲਤ ਮੁਯੱਸਰ ਕੀਤੀ ਔਰ ਦੁਆਵਾਂ ਵੀ ਕੀਤੀਆਂ ਬਿਲਕੁਲ ਜੀ ਅਗਰ ਸਪੋਰਟ ਹੋਵੇ ਆਪਣਿਆਂ ਦਾ ਪਿਆਰ ਨਾਲ ਹੋਵੇ ਫਿਰ ਹੀ ਬੰਦਾ ਕਿਸੇ ਬੰਨੇ ਲੱਗਦਾ ਅੱਛਾ ਇਹ ਦੌੜ ਜਿਹੜੀ ਸੀ 3 ਦੌੜਾਂ 'ਚ ਤੁਸੀਂ ਹਿੱਸਾ ਲਿਆ ਕਿੰਨੇ ਫਾਸਲੇ ਵਾਲੀਆਂ ਸੀ ਲੰਮੀਆਂ ਦੌੜਾਂ ਸੀ ਮੁਕਤਸਰ ਸੀ ਕੀ ਕੈਟਾਗਰੀ ਸੀ ਪਹਿਲੀ ਦੌੜ ਜੀ ਮੇਰੀ 12 ਤਰੀਕ ਨੂੰ ਸੀ 1500 ਮੀਟਰ ਉਹਦੇ ਵਿੱਚ ਮੈਂ ਹਿੱਸਾ ਲਿਆ ਅਤੇ 1500 ਮੀਟਰ 1 ਮੀਲ ਬਣਦੀ ਹੈ ਜੀ ਉਹਦਾ ਫਾਸਲਾ ਆਪਣਾ ਪੰਜਾਬੀ 'ਚ ਅਸੀਂ ਸਮਝਾ ਰਹੇ ਹਾਂ ਅਤੇ ਦੂਸਰੀ ਦੌੜ ਮੇਰੀ ਹੈਗੀ ਸੀ 800 ਮੀਟਰ 13 ਤਰੀਕ ਨੂੰ ਉਹ 1 ਕਿਲੋਮੀਟਰ ਯਾਨੀ ਕਿ ਕੋਈ 1 ਕਿਲੋਮੀਟਰ ਤੋਂ 200 ਮੀਟਰ ਘੱਟ ਬਣਦੀ ਅਤੇ ਤੀਸਰੀ ਦੌੜ ਮੇਰੀ 3000 ਮੀਟਰ ਜੀ ਉਹ 3 ਕਿਲੋਮੀਟਰ ਬਣਦੀ ਜੀ ਅਤੇ 800 ਮੀਟਰ ਦੇ ਵਿੱਚ ਵੀ ਮੇਰਾ ਫਸਟ ਮੈਡਲ ਹੋਇਆ ਜੀ ਅਤੇ 3000 ਮੀਟਰ ਦੇ ਵਿੱਚ ਮੇਰਾ ਦੂਸਰਾ ਨੰਬਰ ਮੈਡਲ ਬਣਿਆ ਦੂਸਰੀ ਕਮਾਲ ਵਾਲੀ ਗੱਲ ਹੈ ਜੀ ਤੁਸੀਂ ਇਹ ਦੱਸੋ ਕਿ ਇੱਥੇ ਤਾਂ ਹੁਣ ਹਾਲਾਤ ਇਹ ਆ ਵੀ ਜਵਾਨ ਜਿਹੜੇ ਆ ਉਹ ਦੁਕਾਨ ਤੋਂ ਸ਼ੈ ਲੈਣ ਜਾਣਾ ਹੋਵੇ ਤਾਂ ਮੋਟਰਸਾਈਕਲ 'ਤੇ ਜਾਂਦੇ ਆ ਉਹ ਪੈਦਲ ਤੁਰਨ ਤੋਂ ਆਵਾਜ਼ਾਰ ਹੋਏ ਪਏ ਆ ਤੁਸੀਂ ਕਿੰਨੀ ਉਮਰ ਆ 55 ਸਾਲ ਹਾਂਜੀ 55 55 ਸਾਲ ਦੀ ਉਮਰ 'ਚ 3 ਦੌੜਾਂ ਮੈਡਲ ਅਤੇ ਇਹ ਕੀ ਫਰਕ ਆ ਕੀ ਵਜ੍ਹਾ ਵਾ ਕਿਵੇਂ ਤੁਹਾਡਾ ਇੱਧਰ ਧਿਆਨ ਹੋਇਆ ਕਦੋਂ ਤੋਂ ਤੁਸੀਂ ਇਸ ਕੰਮ 'ਚ ਲੱਗੇ ਆ ਅਲਹਮਦੁਲਿਲਾ ਜੀ ਮੈਂ ਐਸ ਏ ਸਕੂਲ ਦੇ ਵਿੱਚ ਹੀ ਤਾਲੀਮ ਹਾਸਲ ਕੀਤੀ ਐਸ ਏ ਸਕੂਲ ਦੇ ਵਿੱਚ ਹੀ ਮੈਂ ਖੇਡ ਸ਼ੁਰੂ ਕੀਤੀ 6ੀ ਕਲਾਸ ਦੇ ਵਿੱਚ ਮੈਂ ਇੱਥੇ ਹਾਕੀ ਦਾ ਸ਼ੁਰੂ ਕੀਤਾ ਜੀ ਮੈਂ ਗੇਮ ਅਤੇ ਅਲਹਮਦੁਲਿਲਾ ਮੇਰੀ ਗੇਮ ਹਾਕੀ ਦੀ ਇਸ ਦੌੜਾਂ ਨਾਲ ਵੀ ਅੱਗੇ ਸੀ ਲੇਕਿਨ ਕੋਈ ਗਾਈਡਨੈਂਸ ਨਹੀਂ ਸੀ ਜਿਹਦੀ ਵਜ੍ਹਾ ਤੋਂ ਮੈਂ ਵੀ
अगे तक तरक्की नहीं कर सकया ते कोई साथ लैके चलना नहीं सी या कोई उस्ताद या भी गाइडनेस नहीं सी मिलेगी। मैं इस चीज़ नू बड़े क्लीयर तरीके ना मैं भी दसना चाहना कि हाकी दी गेम मेरी इन्हां दौड़ां दे नालों मैं भी बहुत दर्जे अच्छी सी। अच्छा। और मैं छठी क्लास से तो मेरी फैसलाबाद तक मैं भी जड़ी है ना वो मेरी वाकफियत मैं मशहूरी सी हाकी दे बुनियाद ते। हाँ जी हाकी दी बुनियाद ते। अच्छा। ते छठी क्लास 12 साल 13 साल का बच्चा होंदा जी मैं छेवीं च सी ते हाकी तो मशहूर हो गए। हाँ जी हाँ जी ते अलहमदुल्ला इत्थे मैं 40 साल तो इस ग्राउंड च खेल रहा और नाल बच्चों नूं खिलाई दा भी है हर गेम ही खिलाई है जी हाकी फुटबाल क्रिकेट कबड्डी अथलैटिक दौड़ा तो सारिया गेम खेलिया भी ने तो बच्चों नूं खिलाइया भी ने तैयार भी किया जी फिटनेस का राज यही है जी असं इन्हां बच्चों के नाल खेलते रहे हैं तो बकायदगी ना हुण तो ट्रेनिंग करी दी है कोई सुबह कोई 2 घंटे करी दी है 10 मील दौड़ी का शाम नूं कोई इत्थे आ जाईदा वा 10 मील दौड़ी का। हाँ जी रोजाना जी प्रैस मां भी साडी मां भी। अच्छा शाम नूं भी असीं फिर मां भी आ के 2 घंटे प्रैस करनी हुंदी जी। माशाल्लाह जी माशाल्लाह ये शायद तुसी वीडियो ही तां ओ उस तरह थानू एहसास ना हो रहा होवे जिवें कोल बह के हो रहा 55 साल की उम्र आ 10 मील कहिंदे सुबह दौड़ी दा ते 2 घंटे शाम नूं आ के भी ट्रेनिंग करी दी आ की खुराक की है जी थोड़ी की खांदे पींदे तुसी। खुराक जी आम जो भी है अपना इस्तेमाल दे हिसाब नाल माली वसाइल की कमी है जी जाहिर आ असीं रब दा बड़ा शुक्र अदा करने के ना सहूलतां होण दे बावजूद असीं दुनिया दे जिहड़े अपने अपने मुल्कां दे चैंपियन ने उन्होंने नाल माफी असीं माफी मुकाबले च हिस्सा लिया और अल्लाह ने सानू फतह नसीब की फतह रब ने पाकिस्तान दे नाम माफी एक जिहड़ा साडा ला इलाह दी लला मुहम्मद रसूल दी बुनियाद ते बनाया गया अल्लाह ताला ने इस चीज़ नूं पसंद करदे होया माफी ये साडे हिस्से च जिहड़ा आजाद दिता जी कि असीं पाकिस्तान वास्ते माफी आलमी सतह ते माफी मैडल हासिल किए आजाद। अच्छा ये जो मुकाबला होया जी ये किवें मसलन तुसी फिर खेलां ही ते पहले सी मसलन आ कौमी मुलक दी नुमाइंदगी किवें वसीला बनिया किवें किने थानू कहा कि पाकिस्तान वालों जाओ ते कदों पहली दफ़ा तुसी गए सी किथे किथे जा चुके हैं। हाँ जी बड़ा अच्छा सवाल है जी मैं बच्चों नूं लैके ना अपने मुकाबलों में फैसलाबाद जांदा हुंदा दौड़ां दे विच जिहड़ी भी कोई दूसरी मैं भी गेम होए तो अपने मैं भी शौक ना बच्चों मैं भी लैके जाना अपने कोलों पैसे खर्च करके इन्हों भी जरा इन्हों मौके ना जाया हो इस तरह ही मैं भी बच्चों लैके गया तो उत्थे सानू फिर उन्होंने दस्या भी मई के 7 मई 2023 मास्टर अथलैटिक जी है ना वो चैंपियनशिप हो रही है आल पाकिस्तान पहली दफ़ा ही आगाज़ होया 2023। अच्छा तो पहली दफ़ा ही आगाज़ होया तो सानू भी इतलाह मिल गई तो असी शिरकत की जी तो मैं ऑल टू वन सारिया दौड़ा जितिया मेरे 10 मैडल बने जी मैं भी अपने ग्रुप दारिया दौड़ा मैं जित लिया वो 2 गेमेंट टाइम की कमी की वजह तो रह भी गए जी बाकी सारिया दौड़ा मैं जितिया मेरी फिर सिलैक्शन हो गई मैं भी तो अगर बहर के टूर होंगे तो भी ताकि इस बुनिया मैं भी ताकि परफॉर्मेंस के मद्देनज़र रखते हुए तुम भी असं लैके जावे बकायदा फिर ट्रायल भी हो जुलाई के फिर असी 1 अगस्त दुबई गए हैं जी उत्थे मुकाबले हिस्सा लिया असी तो उतों अलहमदुल्ला अल्लाह ने फतह नसीब की और 4 गोल्ड मैडल मैं जेड़े फर्स्ट किए जी 4 दौड़ा जितिया जी तो ये साडा जड़ा मास्टर जी फेडरेशन असं शुक्रगुजार भी हाँ मुदसर भाई दे उन्होंने ये चीज़ शुरू की सानू मौका मिलया सानू उन्हां दी विरासत नाल इतों तक जड़े मैं भी रसाई हासिल कोई जी। अच्छा मुदसर भाई का बहुत शुक्रगुजार। बिल्कुल बिल्कुल जी तुसी अगे गल की कि मैं स्पोंसर का भी शुक्रिया अदा करदा ए गौरमेंट ने नहीं भेजा कुछ स्पोंसर प्राइवेट होंगे ये किवें तुसी जांदे अगे 23 किवें गए सी दुबई भी गए अगे है ना। हाँ जी ते ओ हुण मलेशिया गए हैं ये स्पोंसर प्राइवेट होंगे कि गौरमेंट ने भेजे सी। ए जी स्पोंसर साडे अपने ही है जी इस पिंड ही ने जी सारे ए उन्होंने मेरे कोई मैं भी ला लो कि रिश्तेदार कजन वगैरह ला लो कोई शिगिर्द ला लो हाँ जी जिन्होंने मैं खिलाता रहा वहाँ मेरे हम सफर खेलों के भी जिंदगी भी ये सारा स्पॉन्सर पैसा
ਪਿਛਲੀ ਦਫਾ ਵੀ ਜਿਹੜਾ ਦੁਬਈ ਜਦੋਂ ਮੈਂ ਗਿਆ ਉਦੋਂ ਉਹਨਾਂ 3 ਲੱਖ ਦਾ ਇੰਤਜ਼ਾਮ ਕੀਤਾ ਔਰ ਇਸ ਦਫਾ ਵੀ ਉਹਨਾਂ ਬੱਚਿਆਂ ਨੇ ਮਾਪੀ ਮੇਰੇ ਸ਼ਾਗਿਰਦਾਂ ਨੇ ਲਾ ਲਓ ਮੇਰੇ ਮਾਪੀ ਗਾਉਣ ਵਾਲਿਆਂ ਨੇ ਲਾ ਲਓ ਸਾਰੇ ਵਿੱਚ ਆ ਜਾਂਦੇ ਨੇ ਜੀ ਅਤੇ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਮੈਂ ਬੱਚਿਆਂ ਨੂੰ ਖਿਲਾਉਂਦਾ ਰਿਹਾ ਵਾਂ ਉਹ ਪਿਆਰ ਕਰਦੇ ਨੇ ਤਾਂ ਬਹੁਤ ਜ਼ਿਆਦਾ ਨਹੀਂ ਇਹ ਗਵਰਨਮੈਂਟ ਨਹੀਂ ਕਰਦੀ ਫਿਰ ਇਸ ਇੰਤਜ਼ਾਮ ਗਵਰਨਮੈਂਟ ਕਰਦੀ ਹੈ ਜੀ ਕਰਨਾ ਚਾਹੀਦਾ ਗਵਰਨਮੈਂਟ ਨੂੰ ਹੀ ਕਰਨਾ ਚਾਹੀਦਾ ਜੀ ਅਤੇ ਇਸ ਮਾਮਲੇ 'ਚ ਫਿਰ ਪੰਜਾਬ ਸਪੋਰਟ ਬੋਰਡ ਮੈਂ ਵੀ ਹੈਲਪ ਕਰੇ ਦੇਖੋ ਜੀ ਮੈਂ ਆਪਣੇ ਥੋੜ੍ਹੇ ਜਿਹੇ ਜਿਹੜੇ ਵਸਾਇਲ ਦੇ ਨਾਲ ਸਾਡੇ ਤਾਂ ਕੋਲ ਉਹਨੇ ਟ੍ਰੇਨਿੰਗ ਦੇ ਵਸਾਇਲ ਵੀ ਨੇ ਜਿਹੜੇ ਕਿ ਲੋਕਾਂ ਦੇ ਕੋਲ ਹੁੰਦੇ ਨੇ ਇਹਨਾਂ ਨਾ ਸਹੂਲਤਾਂ ਹੋਣ ਦੇ ਬਾਵਜੂਦ ਮੈਂ ਪਾਕਿਸਤਾਨ ਵਾਸਤੇ 2 ਈਵੈਂਟ ਬਾਹਰ ਜਾ ਕੇ ਕੀਤੇ ਨੇ ਔਰ ਮੈਂ 7 ਮੈਡਲ ਲਿਆਉਂਦੇ ਨੇ ਜੀ ਸੁਭਾਨ ਅੱਲਾਹ ਅਲਹਮਦੁਲਿਲਾ ਇੱਕ ਮੇਰਾ ਮੈਡਲ ਰਹਿ ਗਿਆ 400 ਮੀਟਰ ਮੇਰਾ ਈਵੈਂਟ ਮਿਸ ਹੋ ਗਿਆ ਮਲੇਸ਼ੀਆ ਦੇ ਵਿੱਚ ਅੱਛਾ ਉਹ ਮਿਸ ਹੋਇਆ ਹਰੇ ਨਹੀਂ 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 ਵੀ ਯਾਨੀ ਕਿ ਐਂਟਰ ਨਹੀਂ ਹੋ ਸਕਿਆ ਮੈਂ 4 ਲਿਖਾਏ ਸੀ ਉਹ ਗਲਤੀ ਸਾਡੇ ਹੋ ਗਈ ਵੀ ਉਹ 3 ਹੋ ਗਏ ਰਜਿਸਟਰ ਹੋਏ ਇੱਕ ਉਹ ਵੀ ਮੇਰਾ ਯਕੀਨੀ ਮੈਡਲ ਸੀਗਾ ਮੈਂ ਵੀ 400 ਮੀਟਰ ਦਾ ਅਤੇ ਉਹ ਪੰਜਾਬ ਸਪੋਰਟ ਬੋਰਡ ਹਕੂਮਤ ਪਾਕਿਸਤਾਨ ਇਹ ਇਹਨਾਂ ਦਾ ਇਹਨਾਂ ਅੱਗੇ ਅਪੀਲ ਆ ਸਾਡੀ ਵੀ ਮਜ਼ੀਦ ਮਾਪ ਜਿਹੜੇ ਆ ਸਾਡੇ ਨਾਲ ਕੋਈ ਤਾਵਨ ਕਰਨ ਅਸੀਂ ਮਾਲੀ ਮੁਸ਼ਕਲਾਂ ਦੀ ਵਜ੍ਹਾ ਤੋਂ ਮਾਪ ਜਿਹੜਾ ਨਾ ਉਹ ਸਾਡੀ ਟ੍ਰੇਨਿੰਗ ਦੇ ਵਿੱਚ ਵੀ ਕਮੀ ਰਹਿੰਦੀ ਆ ਅਤੇ ਇਸ ਦੇ ਬਾਵਜੂਦ ਅੱਲਾਹ ਤਾਲਾ ਸਾਨੂੰ ਮਾਪੀ ਕਾਮਯਾਬੀਆਂ ਦੇ ਰਿਹਾ ਵਾ ਅਤੇ ਕੁਛ ਹੁਣ ਸਾਡਾ ਸਾਥ ਹਕੂਮਤ ਨੂੰ ਵੀ ਚਾਹੀਦਾ ਪੰਜਾਬ ਸਪੋਰਟ ਬੋਰਡ ਨੂੰ ਵੀ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦਿਆਂ ਇਹਦਾ ਸਾਡੀ ਮਾਂ ਹੈਲਪ ਕਰਨ ਜਿੱਦਾਂ ਆਪਣੇ ਅਰਸ਼ਦ ਨਦੀਮ ਸਾਹਿਬ ਸਾਡੇ ਕੌਮ ਦੇ ਹੀਰੋ ਆ ਪਾਕਿਸਤਾਨ ਦੇ ਹੀਰੋ ਉਹਨਾਂ ਨੇ ਝੰਡਾ ਬੁਲੰਦ ਕੀਤਾ ਉਹਨਾਂ ਨਾਲ ਪਿਆਰ ਸਾਰੀ ਕੌਮ ਨੇ ਕੀਤਾ ਇਸੇ ਤਰ੍ਹਾਂ ਬਜ਼ੁਰਗ ਮੂਸਾ ਸਾਹਿਬ ਵੀ ਇਸ ਕੌਮ ਦੇ ਹੀਰੋ ਆ ਬਲਕਿ ਇਹ ਮੈਂ ਕਹਾਂਗਾ ਕਿ ਡਬਲ ਹੀਰੋ ਆ ਕਿਉਂ ਇਹਨਾਂ ਨੇ ਇੱਕ ਮੈਡਲ ਨਹੀਂ 2 ਗੋਲਡ 1 ਸੈਕਿੰਡ ਪੋਜੀਸ਼ਨ ਸਿਲਵਰ ਹੈ ਅਤੇ ਇਹ ਲੈਂਦਾ ਉਸ ਤੋਂ ਇਲਾਵਾ ਇਹਨਾਂ ਦੀ ਉਮਰ 55 ਸਾਲ ਉਹਦੇ ਬਾਵਜੂਦ ਇਹ ਸਾਡੇ ਸਾਰੇ ਉਹਨਾਂ ਲੋਕਾਂ ਵਾਸਤੇ ਵੀ ਰੋਲ ਮਾਡਲ ਆ ਜਿਹੜੇ ਕਿ ਮਾੜੀ ਜਿਹੀ ਨਾਕਾਮੀ ਨੂੰ ਵੇਖ ਕੇ ਅਤੇ ਦਿਲ ਛੱਡ ਜਾਂਦੇ ਆ ਜੇ ਉਹ ਕਹਿੰਦਾ ਕਿ ਉਹਦੀ ਫਿਤਰਤ ਕਹਿਰ ਨਾ ਛੱਡੇ ਸੱਜਣ ਹੋ ਕੇ ਵੈਰ ਨਾ ਛੱਡੇ ਚਲੋ ਅਸੀਂ ਨਹੀਂ ਮੱਥੇ ਲੱਗਦੇ ਉਹਨੂੰ ਆਖੋ ਸ਼ਹਿਰ ਨਾ ਛੱਡੇ ਅਤੇ ਜਿੱਤ ਮੁਕੱਦਰ ਹੋ ਸਕਦੀ ਏ ਬਸ ਇੱਕ ਬੰਦਾ ਪੈਰ ਨਾ ਛੱਡੇ ਅਤੇ ਇਹਨਾਂ ਨੇ ਸਾਬਤ ਕੀਤਾ ਕਿ ਕੋਈ ਜਿਹੜਾ ਨਾ ਏਜ ਕੋਈ ਟਾਈਮ ਕੋਈ ਇਹ ਕੋਈ ਇਹਦੀ ਕੋਈ ਕੈਦ ਨਹੀਂ ਹੈ ਕਾਮਯਾਬੀ ਵਾਸਤੇ ਤੁਸੀਂ ਜਦੋਂ ਮਿਹਨਤ ਕਰਨੀ ਆ ਤਵੱਕਲ ਅੱਲਾ 'ਤੇ ਰੱਖਣਾ ਮਿਹਨਤ ਜਾਰੀ ਰੱਖਣੀ ਅਤੇ ਉਹਦੀ ਕਾਮਯਾਬੀ ਇਨਸ਼ਾਅੱਲਾ ਮਿਲਣੀ ਮਿਲਣੀ ਹੈ ਅਤੇ ਸਾਨੂੰ ਸਾਰਿਆਂ ਨੂੰ ਗੌਰਮੈਂਟ ਨੂੰ ਇਹਨਾਂ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਆ ਅੱਛਾ ਇਹ ਦੱਸੋ ਤੁਸੀਂ ਕਿਸੇ ਮਹਿਕਮੇ 'ਚ ਨਹੀਂ ਭਰਤੀ ਹੋਏ ਜਦੋਂ ਪਹਿਲਾਂ ਸ਼ੁਰੂ ਤੋਂ ਗੇਮਾਂ ਤੁਸੀਂ ਕਰਦੇ ਹੋ ਅਤੇ ਇਸ ਸਿਲਸਿਲੇ 'ਚ ਕੋਈ ਨਹੀਂ ਮਹਿਕਮੇ ਸ਼ਹਿਕਮੇ 'ਚ ਗਏ ਹਾਂਜੀ ਮੈਂ ਨਾ ਆਰਮੀ ਦੇ ਵਿੱਚ ਮੇਰੇ ਕਜ਼ਨ ਸੀਗਾ ਅਤੇ ਉਹ ਕਹਿੰਦੇ ਰਹੇ ਨੇ ਲੇਕਿਨ ਮੈਂ ਇਕੱਲਾ ਹੀ ਸੀ ਘਰ ਮੈਂ ਕੋਈ ਵਾਲਦਾ ਸਾਡੀ ਮੈਂ ਛੋਟਾ ਜਿਹਾ 2 ਸਾਲ ਦਾ ਜਦੋਂ ਫੌਤ ਹੋ ਗਈ ਅਤੇ ਮੇਰੀ ਮਜਬੂਰੀ ਵੀ ਸੀ ਵੀ ਨਹੀਂ ਮੈਂ ਬਾਹਰ ਜਾ ਸਕਦਾ ਸੀਗਾ ਮਾਂ ਵੀ ਬਹਰਹਾਲ ਉਹ ਵੀ ਵਕਤ ਖੁੰਝ ਗਿਆ ਹਾਕੀ ਦੀ ਮੇਰੀ ਅੱਛੀ ਗੇਮ ਸੀਗੀ ਅਤੇ ਕਹਿੰਦੇ ਵੀ ਰਹੇ ਲੇਕਿਨ ਨਹੀਂ ਮੈਂ ਆਰਮੀ ਜੁਆਇਨ ਕੀਤੀ ਹੈਗੀ ਅਤੇ ਇਸੇ ਤਰ੍ਹਾਂ ਜੀ ਜਿਹੜੀਆਂ ਚੀਜ਼ਾਂ ਦਾ ਕਿਸੇ ਟਾਈਮ ਨਹੀਂ ਪਤਾ ਹੁੰਦਾ ਉਹ ਬਾਅਦ 'ਚ ਪਛਤਾਵਾ ਹੁੰਦਾ ਜੀ ਬਿਲਕੁਲ ਜੀ ਉਹ ਲੇਕਿਨ ਪਛਤਾਵਾ ਨਹੀਂ ਅਸੀਂ ਕਹਾਂਗੇ ਅੱਲਾਹ ਪਾਕ ਨੇ ਇੱਜ਼ਤਾਂ ਦੇਣੀਆਂ ਸੀ ਅਤੇ ਹੁਣ ਮਿਲ ਗਈਆਂ ਅਤੇ ਇਹ 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 ਅੱਲਾਹ ਮਾਲਕ ਦੀ ਵੰਡ ਆ ਅੱਛਾ ਮੈਂ ਥੋੜ੍ਹੀ ਜਿਹੀ ਗੱਲ ਕਰ ਲਈ ਹੈ ਤੁਹਾਡੇ ਇਸ ਪਿੰਡ ਦੇ ਮੁਤਲਕ ਤੁਸੀਂ 463 ਗਾਫਬੇ ਸਮੁੰਦਰੀ ਦੇ ਰਹਾਇਸ਼ੀ ਆ ਅਤੇ ਇੱਥੇ ਸ਼ੁਰੂਆਤ ਵੀ ਤੁਸੀਂ ਦੱਸਿਆ ਕਿ ਅੱਗੇ ਸਕੂਲ 'ਚ ਵੀ ਇਸੇ ਜੀ ਪੜ੍ਹਦੇ ਰਹੇ ਹਾਂ ਅਤੇ ਫਿਰ ਕਿੱਥੇ ਤੱਕ ਪੜ੍ਹੇ ਹਾਂ ਫਿਰ ਇਸ ਪਿੰਡ 'ਚ ਖੇਲਾਂ ਦੀ ਕੀ ਬੈਕਗਰਾਊਂਡ ਆ ਜਾਂ ਇਸ ਪਿੰਡ ਦਾ ਕਿਵੇਂ ਤੁਹਾਡੇ ਨਾਲ ਰਿਹਾ ਸਾਰਾ ਹਿਸਾਬ ਕਿਤਾਬ ਹਾਂਜੀ ਮੈਂ ਜੀ ਐਫ ਤੱਕ ਮੈਂ ਵੀ ਕਾਲਜ ਤੱਕ ਮੈਂ ਪੜ੍ਹਿਆ ਜੀ ਅਤੇ ਸਮੁੰਦਰੀ ਜਾਂਦੇ ਰਹੇ ਹਾਂਜੀ ਸਮੁੰਦਰੀ ਜਾਂਦੇ ਦੂਸਰਾ ਸਾਡੇ ਪਿੰਡ ਦਾ ਜਿਹੜਾ ਖੇਲਾਂ ਦੇ ਹਵਾਲੇ ਨਾਲ ਅਲਹਮਦੁਲਿਲਾ ਮੈਂ ਫਖਰ ਨਾਲ ਇਹ ਗੱਲ ਕਹਿ ਸਕਦਾ ਕਿ ਮੇਰੇ ਤੋਂ ਇਲਾਵਾ ਵੀ ਇਸ ਪਿੰਡ ਦੇ ਵਿੱਚ ਇੰਟਰਨੈਸ਼ਨਲ ਸਾਡੇ ਖਿਡਾਰੀ ਨੇ ਉਹ ਪਾਕਿਸਤਾਨ ਕਬੱਡੀ ਟੀਮ ਦੇ ਕਪਤਾਨ ਵੀ ਰਹੇ ਨੇ ਅਤੇ ਇੱਕ ਨਹੀਂ 2-2, 3-3, 4-4 ਖਿਡਾਰੀ ਨੇ ਔਰ ਐਥਲੈਟਿਕ ਦੇ ਵੀ ਜਿਹੜੇ ਨੇ ਉਹ ਇੰਟਰਨੈਸ਼ਨਲ ਖਿਡਾਰੀ ਹੈ ਨੇ ਅਤੇ ਉਹ ਆਪਣੇ ਆਪਣੇ ਮਹਿਕਮੇ ਵੱਲੋਂ ਮੈਂ ਵੀ ਉਹ ਕੋਚਿੰਗ ਵੀ ਜਿਹੜੇ ਉਹ ਕਰਾਉਂਦੇ ਰਹੇ ਨੇ ਬੱਚਿਆਂ ਨੂੰ ਤਿਆਰ ਵੀ ਕਰਦੇ ਰਹੇ ਅਤੇ ਖੇਲਾਂ ਦੇ ਹਵਾਲੇ ਨਾਲ ਸਾਡੇ ਬਹੁਤ ਟੈਲੈਂਟ ਆ ਜੀ ਕਬੱਡੀ ਦੇ ਕਿਹੜੇ ਖਿਡਾਰੀ ਇੱਥੇ ਹਾਂ ਕਬੱਡੀ ਦਾ ਜੀ ਇੱਥੇ ਆਪਣਾ ਤਾਹਿਰ ਮੁਸਤਫਾ ਸ਼ਾਹ ਸਾਹਿਬ ਅੱਛਾ ਫਿਰ ਮਨਸ਼ਾ ਮੈਂ ਵੀ ਪਾਕਿਸਤਾਨ ਨੇਵੀ ਵੱਲੋਂ ਉਹ ਰਿਹਾ ਵਾ ਕਪਤਾਨ ਵੀ ਕੌਮੀ ਟੀਮ ਦਾ ਰਿਹਾ ਜੀ ਆਪਣਾ ਉਸ ਤੋਂ ਬਾਅਦ ਮੁਹੰਮਦ ਅਫਜ਼ਲ ਸਾਡਾ ਬੱਚਾ ਮੈਂ ਵੀ ਸਾਡਾ ਕਜ਼ਨ ਹੀ ਲੱਗਦਾ ਉਹ ਇਹਨਾਂ ਸਾਰਿਆਂ ਨਾਲ ਮੈਂ ਵੀ ਚੰਗਾ ਜੀ ਮੈਂ ਵੀ
अपना मदर शाह अथलैटिक मेरा शिगिरदा ही वह भी आता जी तो मेरा हम साथी जी तो उन्हें भी काफ़ी मैं भी जरा एयरफोर्स वालों मैं भी जरा करता रहा वैमेंट हिस्सा लेंदा रहा तो इस तो बाद अमजद शाह जी वह भी मैं भी कबड्डी का खिलाड़ी इनाम हलक साहब अथलैटिक मैं भी खिलाड़ी मैं भी बहुत ज़्यादा खिलाड़ी ने जोड़े साढ़े नैशनल और नैशनल लैवल और इंटरैशनल लैवल के साडे पिंड कबड्डी अथलैटिक इन चीज़ों के खिलाड़ी जोड़े है नहीं मिल सकते उ देखो ना जो एक तुम एक उन्होंने वास्ते एक अगे राह बनाया तो तुम पहला अगे लगे हैं तो फिर उन्होंने थानू कापी कर दिया हो मजीद जरा शुरू किया। अच्छा तुम जे सा बैकग्राउंड आ बजुर्गों का वो तुम पाकिस्तान जो बनया सी बजुर्ग इतने के पहला के बाद से कि हिजरत करके आए थे साढ़े बजुर्ग जी हिजरत करके आए थे गुरदासपुर तो। अच्छा पिंड पंडोरी वैंसा दी जी मैं साडा ज़्यादा इत पिंड जरा ना वैंसा का ही है जी बरादरी बैठी थी तो हिजरत करके आए जी इत इंडिया चो तो वो फिर उत्थे जो तुम गए हैं उत्थे थोड़े मुकाबले दे इंडिया तो भी कोई आया सी। हाँ जी मैं जो दुबई गया जी उदो इंडिया के मैं भी कोई साढ़े एक 600 खिलाड़ी होना जी उन्होंने सारिया गेम उन्होंने कराइया तो इंडिया के बहुत ज़्यादा खिलाड़ी मेल और फीमेल भी तो उत्थे मदद की गल है कि वो जोड़े साढ़े सिख भरा सी पुछते भी तुम पाकिस्तान आए जी तो ताडे विच कोई जट भी है मैं हाँ जी मैं जट हाँ जी तो उन्होंने मेरे बड़ा प्यार ना और जफ्फी पा के मिले जी तो उन्होंने अखा चो भी अथरू आ गए तो मेरी अखा चो भी अथरू आ गए वो बड़ा जज्बाती जहा सीन हो गया जी तो असी वो बाद काफ़ी फिर मैं भी एक दूसरे ने गल् जो शेयर कीतियाँ तो वो बड़ा एक हमदर्दी वाला जरा ना उन्होंने मैं भी सा इजहार असी भी उन्होंने किया जी मलेशिया गए तो मलेशिया के बहुत ज़्यादा मैं भी इंडियन के मैं भी ग्रुप बहुत ज़्यादा सके और साढ़े है ने साढ़े को सारी तस्वीर वगैरह उन्होंने ग्रुप फोटो वो बहुत साड़ना मैं भी जरा खुशी के नाल मैं भी जरा ना भी तस्वीर साड़ना बनाओ ग्रुप फोटो साड़ना मैं भी आन के तो एक दूसरे ने इस तरह जिस तरह इतने एक दूसरे ना घोल मिल जाने इस तरह ही साड़ना रहे हैं। फिर जो आए हैं फिर समुद्री कहते वेलकम भी वाहवा होया फिर आवाम का की रद्देअमल सी। अच्छा ये इस तो भी पहला दसांगा कि जाने तो पहला लोगों की तासुरात होंगे सी जो नहीं गए सी मतलब बाज़ नैगेटिव भी होंगे बाज़ पॉजिटिव भी होंगे कहते कि जी एवें बाबा जी कि उम्रे शुरू हो गए हैं या एवें पंगा लिया तो पहला जो कामयाबी मिल जाती है तो फिर उन्होंने तासुरात भी बदल जाते कोई इदा का रहा पहला बंदे कहते होंगे कोई शुगल चाक करते मैं तो जी खुशकिस्मत हाँ और अल्लाह का भी शुक्र अदा करना कि मैं सारिया गल् समझना वा मेरे पिंड इस तरह का मेरे ना मैं भी कोई मैं भी जेहन नहीं कोई दिल नहीं जरा मेरे वास्ते कोई इस तरह का सोच सके वो एक मिसाल आ मैं भी उन्होंने वास्ते ते वो भी मेरे वास्ते जी मैं भी उन्होंने वास्ते मिसाल हाँ कामयाबी मिली है। हाँ जी तो मेरा पिंड भी मेरे वास्ते मिसाल आ मेरे वास्ते उन्होंने ब्राह्मण फुल सुटे सिर ते फुल सुटे मैं उन्होंने एहसान मानता उन्होंने हमदर्दियों का मैं एहसान जी। अच्छा ये दसो फिर जो आए हैं फिर किवें किवें वेलकम होया कि किवें मिले मैं जो जी पिछली दफा आया दुबई तो इन्ना वड्डा इस्तकबाल सी मेरा कि साडे स्पोर्ट्स के ऑफिसर आंदे भी इन्ना वड्डा इस्तकबाल असी पाकिस्तान की कौमी टीम का भी नहीं देखा और वीडियो बनिया दी ने तो चलो असी तुम दांगे तो अलहमदुल्ला पाकिस्तान तरीक 63 एक मिसाल कायम करती कि एडा वड्डा इस्तकबाल मैं भी जरा उन्होंने वो किया मेरा इस दफा मैं मना किया भी ना भी इस्तकबाल अल्लाह ना हो सादगी मैं पसंद करता हूँ लेकिन बच्चे अपना कर लेंगे ने जी तो ओ मैं मना करने के बावजूद फिर वो मीडिया वाले आ गए मीडिया वाले कहते भी कोई थोड़ा जा सानू जड़ा ना कोई बंदे होने चाहिए ने फिर एमरजेंसी बच्चों मुड़िया ने मैं जड़ा ना वो किया फिर भी चलो काफ़ी तादाद मैं भी हो गए रैली की शक्ल लैके आए तो वह मना करने के बावजूद भी फिर भी काफ़ी हो गए तो इन्हों की जी मुहब्बत है जी हमदर्दी है अल्लाह तला इन्हों सेहत दे तंदुरुस्ती दे हर मंजिल से मैं भी इन्हों कामयाब करे जी मेरी दुआ वा इन्होंने वास्ते।
माशाल्लाह यानी पिंड ने शहर समुंदरी ने पूरी मोहब्बत दी है बाबा जी ने, बाबा जी ने भी नाम रोशन किया। देखो जी मैं गल करना ना जदों स्पॉन्सर दी ते मैनू फख्र हुंदा और लोग भी गांह मुंतकल करदे ने गल कि बाबा जी ने अपना ग्रुप दे विच मैसेज मेरा किसे साढ़े बच्चे ने देता भी दुबई जाना वा ते स्पॉन्सर कोई कर सकदा ते 5 मिंटां दे विच मेरे पैसे पूरे हो गए जी। वाह 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 वाह। ओह कहिंदा घट ने वो जो पालन वाले होंगे ने बहुते रुख ते बालन वाले होंगे ने उत्थे डिगण की चासी वखरी होंगी है जिथे कोल संभालन वाले होंगे ने जो नाल मोढ़े ना मोढ़ा लाने वाले हो उत्थे ते चासी वखरी। हुण गल संभालना ही कीती है ते मैं मैनू इत्थों भी ਸਾਰਿਆਂ ਨਾਲ ਵੱਡਾ 3 ਗੱਡੀਆਂ ਲੈ ਕੇ ਗਰੁੱਪ ਛੱਡਣ ਗਿਆ ਸੀ ਦੁਬਈ। ਅੱਛਾ। ਦੁਬਈ ਵਾਸਤੇ ਫੈਸਲਾਬਾਦ ਏਅਰਪੋਰਟ ਤੇ ਤੇ ਕਮ ਸੇ ਕਮ 15 ਬੱਚੇ ਹੋਣੇ ਸਾਡੇ ਤੇ ਅੱਗੇ ਜਿਹੜੇ ਨੇ ਉਹ ਸਾਡੇ ਇਵੈਂਟ ਜਿੱਥੇ ਹੋਏ ਉੱਥੇ ਵੀ ਮੇਰੇ ਨਾਲ ਫਿਰ ਉਹਨਾਂ ਨੇ ਆਪਣੇ ਕੋਲ ਮੈਨੂੰ ਰੱਖਿਆ ਤੇ ਉਹ ਸਾਰੇ ਦੁਬਈ ਦੀ ਮਾਂ ਵੀ ਹਰ ਜਗ੍ਹਾ 'ਤੇ ਉਹਨਾਂ ਮੈਨੂੰ ਸੈਰ ਕਰਾਈ ਤੇ ਇੰਜੋਇਮੈਂਟ ਮਾਂ ਕਰਾਇਆ ਖਿਦਮਤ ਮੇਰੀ ਕੀਤੀ ਤੇ ਵਾਪਸੀ 'ਤੇ ਜਿਹੜਾ ਉਹਨਾਂ ਮੈਨੂੰ ਏਅਰਪੋਰਟ 'ਤੇ ਚੜ੍ਹਾ ਕੇ ਤੇ ਫਿਰ ਉਹ ਮੈਂ ਵੀ ਗਏ ਉਹਨਾਂ ਦੀਆਂ ਬੜੀਆਂ ਜੀ ਖਿਦਮਤਾਂ ਨੇ ਅਤੇ ਦੇਖੋ ਤੁਹਾਡੀ ਗੱਲ ਤੋਂ ਕੱਲ੍ਹ ਚੇਤੇ ਆ ਗਈ ਅਤੇ ਇੱਥੇ ਵੀ ਇਸੇ ਤਰ੍ਹਾਂ ਹੀ ਹੋਇਆ ਜੀ। ਮਲੇਸ਼ੀਆ ਅਸੀਂ ਗਏ ਹਾਂ ਉੱਥੇ ਸਾਡੇ ਬੱਚੇ ਮੈਂ ਵੀ ਜਿਹੜੇ ਉਹ ਜਿੱਥੇ ਜਿੱਥੇ ਵੀ ਹੋਇਆ ਸੀ ਸਾਰੇ ਮੈਂ ਵੀ ਸਟੇਡੀਅਮ ਦੇ ਵਿੱਚ 2 ਦਿਨ ਮੁਕਾਬਲਿਆਂ 'ਚ ਵੀ ਮੇਰੇ ਨਾਲ ਹੀ ਰਹੇ ਨੇ ਅਤੇ ਇੱਧਰੋਂ ਫਾਰਗ ਹੋ ਕੇ ਫਿਰ ਅਸੀਂ ਮੈਂ ਵੀ ਉਹ ਸਾਨੂੰ ਲੈ ਗਏ ਨੇ ਆਪਣੇ ਮੈਂ ਵੀ ਆਪਣੇ ਘਰ ਉੱਥੇ ਸਾਡੀ ਉਹਨਾਂ ਖਿਦਮਤ ਵੀ ਕੀਤੀ ਅਤੇ ਸਾਰੇ ਮਲੇਸ਼ੀਆ ਕੁਆਲਾਲੰਪੁਰ ਜਿਹੜੇ ਅਹਿਮ ਜਗ੍ਹਾ ਨੇ ਜਿਹੜੀਆਂ ਉਹਨਾਂ ਦੀਆਂ ਉਹਨਾਂ ਦੀ ਉਹਨਾਂ ਸਾਨੂੰ ਸੈਰ ਕਰਾਈ। ਵਾਹ ਵਾਹ ਵਾਹ। ਨਹੀਂ ਜੀ ਬੜੀ ਅੱਛੀ ਗੱਲ ਆ, ਹੋਣਾ ਵੀ ਚਾਹੀਦਾ ਅਤੇ ਤੁਸੀਂ ਬਿਲਕੁਲ ਨਾਮ ਰੋਸ਼ਨ ਕੀਤਾ ਸਾਡੇ ਵਾਸਤੇ, ਸਾਰਿਆਂ ਵਾਸਤੇ, ਪਾਕਿਸਤਾਨੀਆਂ ਵਾਸਤੇ ਫਖਰ ਦੀ ਗੱਲ ਆ। ਅੱਛਾ ਤੁਸੀਂ ਗਏ ਹੋ, ਜਦੋਂ ਮੁੰਡੇ ਯੰਗ ਕਿਸੇ ਵੀ ਗੇਮਾਂ 'ਚ ਹਿੱਸਾ ਲੈਂਦੇ ਨਾ ਉਹਨਾਂ ਦੀ ਫਿਟਨੈਸ ਲੈਵਲ ਹੋਰ ਹੁੰਦਾ, ਜਦੋਂ ਏਜ ਜ਼ਿਆਦਾ ਹੋਵੇ ਤਾਂ ਫਿਰ ਉਹ ਮੁਖਤਲਫ ਹੁੰਦਾ। ਹੁਣ ਤੁਸੀਂ ਮਾਸ਼ਾਅੱਲਾ ਫਿਟ ਆ ਜਾਂ ਹੋਰ ਵੀ ਆਏ ਹੁਣ, ਇਹ ਉਦੋਂ ਫਿਰ ਮਸਲੇ ਵੀ ਜ਼ਿਆਦਾ ਬਣ ਜਾਂਦੇ। ਕੋਈ ਐਸਾ ਵਾਕਿਆ, ਕੋਈ ਹਾਸਾ ਬਣ ਗਿਆ ਹੋਵੇ, ਕੋਈ ਐਜ਼ ਆ ਸ਼ੁਗਲ, ਕੋਈ ਖੁਸ਼ਗਵਾਰ ਵਾਕਿਆ ਕਿ ਜਦੋਂ ਭੱਜਦੇ ਭੱਜਦੇ ਕਿਸੇ ਦੀ ਮੱਖੀ ਚੜ੍ਹ ਗਈ, ਕੁਛ ਹੋ ਗਿਆ, ਕੋਈ ਇੰਝ ਦਾ ਕਿਸੇ ਦੋਸਤ ਨਾਲ ਸ਼ੁਗਰ ਲੱਗ ਗਿਆ ਹੋਵੇ, ਕੋਈ ਭੁੱਲਣ ਨਾ ਭੁੱਲਣ ਵਾਲਾ ਵਾਕਿਆ? ਇੱਥੇ ਪਾਕਿਸਤਾਨ ਦੇ ਵਿੱਚ ਤਾਂ ਚਲੋ ਕੋਈ ਅਜੇ ਫਿਟਨੈਸ ਨਹੀਂ ਲੋਕਾਂ ਦੀ ਅਤੇ ਅਜੇ ਸ਼ੁਰੂ ਵੀ ਹੋਣ ਕੰਮ ਹੋਇਆ। ਇੱਥੇ ਚਲੋ ਇੱਕੋ ਦੁੱਕਾ ਵਾਕਿਆ ਹੋ ਗਏ ਨੇ ਕਿ ਕੋਈ ਬਹਿ ਗਿਆ, ਕੋਈ ਨੂੰ ਬਹੁਤ ਜ਼ਿਆਦਾ ਸਾਹ ਚੜ੍ਹ ਗਿਆ ਅਤੇ ਉਹ ਤੰਗ ਹੋਇਆ ਅਤੇ ਜਿਹੜਾ ਉਹ ਲੈਵਲ ਨੇ ਉੱਥੇ ਤਾਂ ਵੱਧੋ ਵੱਧ ਦੁਨੀਆ ਜੀ ਜਿਹੜੇ ਕੋਈ ਓਲੰਪਿਕ ਦੀ ਸਤਾ ਦੇ ਵੀ ਉੱਥੇ ਖਿਡਾਰੀ ਮਾਂ ਵੀ ਜਿਹੜੇ ਉਹ ਖੇਡ ਰਹੇ ਨੇ, ਆਣ ਕੇ ਸਾਡੇ 'ਚ ਹਿੱਸਾ ਲੈ ਰਹੇ, ਜਿਨ੍ਹਾਂ ਨੇ ਓਲੰਪਿਕ 'ਚ ਹਿੱਸਾ ਲਿਆ, ਵਰਲਡ ਅਥਲੈਟਿਕ 'ਚ ਮਾਂ ਵੀ ਆਪਣੀ ਜਵਾਨੀ 'ਚ ਹਿੱਸਾ ਲਿਆ, ਉਹ ਵੀ ਸਾਡੇ ਨਾਲ ਉੱਥੇ ਹਿੱਸਾ ਲੈ ਰਹੇ ਨੇ ਅਤੇ ਉਹਨਾਂ ਦਾ ਫਿਟਨੈਸ ਲੈਵਲ ਬਹੁਤ ਹਾਈ। ਉੱਥੇ ਇੰਜਰੀ ਤਾਂ ਚਲੋ ਹੋ ਜਾਂਦੀ ਹੈ ਜੀ, ਮਾਂ ਵੀ ਉਹ ਕੋਈ ਨਾ ਕੋਈ ਮਸਲੇ ਬਣ ਜਾਂਦੇ ਨੇ, ਮਾਂ ਜ਼ਿਆਦਾ ਜ਼ੋਰ ਲਾ ਲਈਏ ਅਤੇ ਲੇਕਿਨ ਸਾਡੇ ਬਾਬੇ ਇਕੱਠੇ ਹੋਏ ਹੁੰਦੇ ਨੇ, ਕੋਈ ਸ਼ੁਗਰ ਲੱਗ ਜਾਂਦਾ, ਕੋਈ ਬਣਿਆ ਵਾਕਿਆ ਸ਼ੁਗਰ ਦਾ? ਨਹੀਂ ਕੋਈ ਨਹੀਂ ਵਾਕਿਆ ਜੀ, ਮਾਂ ਅੱਲਾਹ ਦਾ ਸ਼ੁਕਰ ਹੈ ਸਭ ਠੀਕ ਹੀ ਰਹੇ ਨੇ ਜੀ। ਹਾਂਜੀ ਅੱਲਾਹ ਪਾਕ ਸਾਨੂੰ ਤੁਹਾਨੂੰ ਜੀ ਸਿਹਤ ਤੰਦਰੁਸਤੀ ਦੇਵੇ, ਇਸੇ ਤਰ੍ਹਾਂ ਫਿਟਨੈਸ ਦੇਵੇ ਅਤੇ ਇਸੇ ਤਰ੍ਹਾਂ ਤੁਸੀਂ ਨੌਜਵਾਨਾਂ ਵਾਸਤੇ ਜਿਹੜਾ ਨਾ ਮਿਸਾਲ ਬਣ ਕੇ ਇਵੇਂ ਫਿੱਟ ਰਹੋ, ਮੈਦਾਨਾਂ ਦੀ ਰੌਣਕ ਰਹੋ। ਸਾਡੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੋ, ਸੁਨੇਹਾ ਦੇਣਾ ਚਾਹੋ ਅਤੇ ਤਾਂ ਕਿ ਵੀ ਉਹ ਵੀ ਕੋਈ ਸਿਹਤਮੰਦ ਸਰਗਰਮੀਆਂ ਲਾਉਣ? ਕੁਛ ਚੀਜ਼ਾਂ ਜੀ ਭੁੱਲ ਵੀ ਜਾਂਦੀਆਂ ਜੀ, ਰਹਿ ਜਾਂਦੀਆਂ। ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਇੰਨੀ ਦੂਰੋਂ ਸਫ਼ਰ ਕਰਕੇ ਜੀ, ਅਸੀਂ ਤਾਂ ਬੜੀ ਖੁਸ਼ੀ ਹੋਈ ਵਾਸਤੇ ਮੈਂ ਵੀ ਸਾਨੂੰ ਸ਼ੁਕਰੀਆ ਦਾ ਮੌਕਾ ਦਿੱਤਾ ਅਤੇ ਅੱਲਾਹ ਤੁਹਾਡੇ ਹਰ ਤਰ੍ਹਾਂ ਦੇ ਮੈਂ ਕੰਮ 'ਚ ਬਰਕਤ ਪਾਏ, ਸਿਹਤ ਤੰਦਰੁਸਤੀ ਦੇ ਜੀ, ਤੁਹਾਡੇ ਨੇਕ ਮਾਲ 'ਚ ਇਜ਼ਾਫਾ ਕਰੇ ਅੱਲਾਹ ਤਾਲਾ, ਸਭ ਨਾਲ ਅੱਛੀ ਚੀਜ਼ ਦੇਈ ਹੈ ਜੀ ਅਤੇ ਉਹ ਸ਼ੁਕਰੀਆ ਜੀ ਸਾਡੇ ਵੱਲੋਂ ਤੁਹਾਡਾ, ਤੁਸੀਂ ਬਹੁਤ ਸਾਰਾ ਮਾਂ ਵੀ ਜਿਹੜਾ ਸਾਡੇ ਵਾਸਤੇ ਵਕਤ ਮਾਂ ਵੀ ਸਾਨੂੰ ਦਿੱਤਾ। ਬਾਕੀ ਜਿਹੜਾ ਮੇਰੀ ਬੱਚਿਆਂ ਵਾਸਤੇ ਵੀ ਅਪੀਲ ਆ ਔਰ ਜਿਹੜੇ ਉਮਰ ਸਿੱਧਾ ਹੋ ਗਏ ਨੇ ਉਹਨਾਂ ਵਾਸਤੇ ਵੀ ਮੈਂ ਇਹ ਪੈਗਾਮ ਦੇਣਾ ਚਾਹੁੰਦਾ ਕਿ ਬੇਸ਼ੱਕ ਜ਼ਰੂਰੀ ਨਹੀਂ ਵੀ ਖੇਲਣਾ ਹੀ ਆ, ਆਪਣੀ ਸਿਹਤ ਵਾਸਤੇ ਤੁਸੀਂ ਸੁਬਹਾ ਥੋੜ੍ਹੀ ਬਹੁਤੀ ਵਾਕ ਕਰੋ, ਆਸਤਾ ਆਸਤਾ ਜਿਹੜਾ ਤੁਹਾਡਾ ਜਿਸਮ ਮਜ਼ਬੂਤ ਹੋ ਜਾਵੇ, ਫਿਰ ਥੋੜ੍ਹੀ ਰਨਿੰਗ ਸ਼ੁਰੂ ਕਰ ਲਓ, ਫਿਰ ਹੋਰ ਮਜ਼ਬੂਤੀ ਹੋ ਜਾਵੇਗੀ। ਇਸੇ ਤਰ੍ਹਾਂ ਜਿਹੜਾ ਨਾ ਉਹ ਕੋਈ ਵਕਤ ਦੇ ਨਾਲ ਨਾਲ ਤੁਸੀਂ ਮੇਰੇ ਤਰ੍ਹਾਂ ਬਿਲਕੁਲ ਫਿੱਟ ਹੋ ਜਾਓਗੇ, ਅਗਰ ਹਿੰਮਤ ਕਰੋ, ਕੋਸ਼ਿਸ਼ ਕਰੋ, ਟਾਈਮ ਥੋੜ੍ਹਾ ਜਿਹਾ ਦਿਓ ਅਤੇ ਇਹ ਚੀਜ਼ਾਂ ਮੈਂ ਵੀ ਕੋਈ ਮੁਸ਼ਕਲ ਨਹੀਂ ਹੈ, ਆਪਣੀ ਸਿਹਤ ਵਾਸਤੇ ਮੈਂ ਬੇਸ਼ੱਕ ਬੰਦਾ ਕਰ ਲਏ ਅਤੇ ਬੱਚਿਆਂ ਦਾ ਜਿਹੜਾ ਜੀ ਉਹ ਤਾਂ ਅਸੀਂ ਹਮਾ ਟਾਈਮ ਇੱਥੇ ਬੱਚਿਆਂ ਨੂੰ ਖਿਡਾਈਦਾ ਵੀ ਆ ਔਰ ਇਹਨਾਂ ਨੂੰ ਗਾਂਹ ਮੁਕਾਬਲਿਆਂ 'ਚ ਵੀ ਲੈ ਕੇ ਜਾਈਦਾ ਔਰ ਜਿੱਥੋਂ ਤੱਕ ਵੀ ਹੋ ਸਕਦਾ ਮੈਂ ਇਹਨਾਂ ਵਾਸਤੇ ਸਹੂਲਤਾਂ ਜਿਹੜੀਆਂ ਉਹ ਦਿੰਦਾ ਜੀ। ਅਤੇ ਮੇਰਾ ਐਲਾਨ ਵੀ ਹੈ ਜੀ, ਕੋਈ ਵੀ ਬੱਚਾ ਕਿਸੇ ਵੀ ਗੇਮ ਦੇ ਵਿੱਚ ਕੋਈ ਰਹਿਨਮਾਈ ਲੈਣਾ ਚਾਹੁੰਦਾ ਤਾਂ ਅਲਹਮਦੁਲਿਲਾ ਅਸੀਂ ਉਹਦੇ ਨਾਲ ਆ ਜੀ।
वाह जी वाह, बहुत शुक्रिया जी, तुसी अपना कीमती टाइम भी दिता, फिर सानू जिहड़ा एक इस नफसा नफसी परेशानी दे दौर दे विच एक बतौर कौम एक खुशी का मौका फराहम किया, बड़ी मेहरबानी जी, बहुत शुक्रिया जी जी। मैं जी फिर एक दफ़ा आखिर ते अपने जिहड़े मेरे स्पॉन्सर भरा ने, मैं उन्होंने तय दिल तो शुक्रिया अदा करना जी। तो उस तो अलावा मेरे वास्ते मेरे पिंड वालों ने, मेरिया मावां भैणां ने, बजुर्गों ने दुआवां कीतियां, मैं उन्हां दा भी शुक्रिया अदा करना। और मदसर भाई जिहड़े कि साडे इहदे सैकटरी ने फैडरेशन दे, उन्हां दा भी शुक्रिया अदा करना कि सानूं इह उन्हां दी विरासत नाल इह मौके मिले ने। और पाकिस्तान हुकूमत वास्ते, पंजाब स्पोर्ट्स बोर्ड वास्ते अपील है मेरी कि वह साडे नाल तावन करन। आइंदा साल वर्ल्ड एथलैटिक चैंपियनशिप अमरीका च आ रही है, अगर मैनू मैं भी पता हो ना कि मैं मेरे को भी जाना, मैं भी जाना जी, तो मैं अपने मैं भी तैयारी के मराहल मैं भी जड़े होर मैं भी अच्छे करा, तो मैनू उम्मीद है कि मैं उतों भी पाकिस्तान को कामयाब करके मैं भी लौटागा जी। अल्लाह पाक थोनों कामयाबी देवे जी। असं भी अपील करते हैं कि बाबा जी ने पूरा सपोर्ट किया जाए, कि जवान तो चलो इस पासे आए या नहीं आए, जे आए हुए उन्होंने तो सामभिए, तो बड़ी मेहरबानी जी, बहुत शुक्रिया। इस तरह इंशाल्लाह मिलते रहेंगे, तो एक होर नवी वीडियो नाल, अगली वीडियो तिकर अल्लाह हाफिज़।